ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸਿਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਔਰ ਖਾਲਸਾ ਰਾਜ ਫੁੱਟ ਸਟੈਪਸ ਨੂੰ ਲੈ ਕੇ ਮੈਂ ਪਹੁੰਚਿਆ ਪਿੰਡ ਮੁੰਡੇ ਦੇ ਵਿੱਚ। ਮੈਂ ਅੱਜ ਕਲੱਬ ਲੱਭ ਰਿਹਾ ਵਾਂ ਅਨਸਿਸਟਰਸ ਆਫ ਸਰਦਾਰ ਮਨਬੀਰ ਸਿੰਘ, ਸਨ ਆਫ ਸਰਦਾਰ ਚਰਨਜੀਤ ਸਿੰਘ, ਔਰ ਉਹਨਾਂ ਦੇ ਦਾਦਾ ਜੀ ਦਾ ਨਾਮ ਸੀ ਸਰਦਾਰ ਈਸ਼ਰ ਸਿੰਘ। ਇਹ ਉਹਨਾਂ ਦੇ ਮੈਂ ਜਿਹੜੇ ਨਿਸ਼ਾਨਾਤ ਲੱਭਣ ਵਾਸਤੇ ਮੈਂ ਪਹੁੰਚਿਆ ਵਾਂ ਪਿੰਡ ਮੁੰਡੇ ਦੇ ਵਿੱਚ, ਔਰ ਉਹਨਾਂ ਦੀਆਂ ਯਾਦਾਂ ਕਰਨ ਵਾਸਤੇ ਨਿਕਲਿਆ ਵਾਂ ਤਾਜ਼ਾ। ਸਰਦਾਰ ਚਰਨਜੀਤ ਜਿਹੜੇ ਨੇ ਵੈਸੇ ਤਾਂ ਪੈਦਾ ਹੋਏ ਐਸੇ ਪਿੰਡ ਦੇ ਵਿੱਚ ਸੰਨ 1930 ਦੇ ਵਿੱਚ, ਔਰ ਉਹਨਾਂ ਨੇ ਮੁੱਢਲੀ ਤਾਲੀਮ ਜਿਹੜੀ ਸੀ ਇੱਥੋਂ ਹੀ ਹਾਸਿਲ ਕੀਤੀ ਸੀ, ਔਰ ਮਿਡਲ ਪਾਸ ਕਰਨ ਤੋਂ ਬਾਅਦ ਉਹ ਖਾਲਸਾ ਹਾਈ ਸਕੂਲ ਨੰਬਰ 1 ਦੇ ਚਕਵਾਲ ਵਿੱਚ ਪੜ੍ਹਨ ਲਈ ਚਲੇ ਗਏ। ਇਹ ਪਿੰਡ ਦੀ ਸੈਂਟਰਲੀ ਬੰਨ ਹੈ, ਪਿੰਡ ਦੀ ਸੈਂਟਰਲ ਬੰਨ ਜਿਹੜੀ ਹੈ ਕਿ ਡੰਗਰ ਬੱਚੇ ਪਸ਼ੂਆਂ ਨੂੰ ਪਾਣੀ ਪਿਲਾਉਣ ਵਾਸਤੇ ਔਰ ਨਹਿਲਾਉਣ ਵਾਸਤੇ ਯੂਜ਼ ਕੀਤੀ ਜਾਂਦੀ ਸੀ, ਔਰ ਕਈ ਵਾਰ ਔਰਤਾਂ ਜਿਹੜੀਆਂ ਸੀ ਇੱਥੇ ਬੈਠ ਕੇ ਕੱਪੜੇ ਵੀ ਧੋਂਦੀਆਂ ਸਨ ਪੁਰਾਣੇ ਦੌਰ ਦੇ ਵਿੱਚ। ਲੇਕਿਨ 47 ਤੋਂ ਬਾਅਦ ਇਹ ਪ੍ਰੈਕਟਿਸਿਸ ਜਿਹੜੀਆਂ ਨੇ ਆਹਿਸਤਾ ਉਹ ਘੱਟ ਹੁੰਦੀਆਂ ਗਈਆਂ। ਅਤੇ ਸਰਦਾਰ ਚਰਨਜੀਤ ਸਿੰਘ ਦੇ ਅੱਗੋਂ ਜਿਹੜੇ ਸਨ ਸਰਦਾਰ ਈਸ਼ਰ ਸਿੰਘ ਜੀ ਦੇ ਅੱਗੋਂ ਸਨ 4 ਭਾਈ, ਔਰ ਉਹਨਾਂ ਦੀਆਂ 3 ਭੈਣਾਂ ਸਨ, ਕੁੱਲ ਮਿਲਾ ਕੇ ਇਹ 8 ਭੈਣ ਭਾਈ ਸਨ। ਇੱਕ ਭਾਈ ਜਿਹੜੇ ਸਨ ਉਹਨਾਂ ਦਾ ਨਾਮ ਸੀ ਗੁਰਚਰਨ ਸਿੰਘ, ਦੂਸਰੇ ਦਾ ਨਾਮ ਸੀ ਕੇਸਰ ਸਿੰਘ, ਤੀਸਰੇ ਦਾ ਨਾਮ ਸੀ ਸੋਹਨ ਸਿੰਘ, ਔਰ ਚੌਥੇ ਦਾ ਨਾਮ ਸੀ ਜਸਬੀਰ ਸਿੰਘ, ਔਰ ਪੰਜਵੇਂ ਖੁਦ ਸਰਦਾਰ ਚਰਨਜੀਤ ਸਿੰਘ ਸਨ। ਔਰ ਉਹਨਾਂ ਦੀਆਂ 3 ਅੱਗੋਂ ਸਿਸਟਰ ਸਨ ਕੌਸ਼ਲਿਆ, ਬਲਵੰਤ, ਪਰਮੇਸ਼ਵਰੀ। ਇਹ ਤਮਾਮ ਦੇ ਤਮਾਮ ਜਿਹੜੇ ਬੱਚੇ ਸਨ ਇਹਨਾਂ ਦੇ ਵਿੱਚੋਂ ਕੁਛ ਤਾਂ ਜਾ ਕੇ ਈਸਟ ਪੰਜਾਬ ਦੇ ਵਿੱਚ ਪੈਦਾ ਹੋਏ, ਔਰ ਕੁਛ ਜਿਹੜੇ ਸਨ ਉਹਨਾਂ ਦਾ ਜਨਮ ਜਿਹੜਾ ਉਹ ਐਸੇ ਹੀ ਪਿੰਡ ਦਾ ਹੈ, ਪਿੰਡ ਮੁੰਡੇ ਦਾ ਹੈ। ਇਹ ਹੈ ਪਿੰਡ ਦਾ ਪੁਰਾਣਾ ਬੋਰਡ, ਬਾਬਾ ਬੋਰਡ, ਜਿਹਨੇ ਕਿ ਆਪਣੀਆਂ ਅੱਖਾਂ ਦੇ ਨਾਲ ਬਹੁਤ ਕੁਛ ਦੇਖਿਆ। ਇਹ ਤਾਰੀਖੀ ਬੋਰਡ ਨੂੰ ਪ੍ਰਜ਼ਰਵ ਕਰਨ ਵਾਸਤੇ ਬਾਕਾਇਦਾ ਤੌਰ ਦੇ ਉੱਤੇ ਇਹਨੂੰ ਪ੍ਰਜ਼ਰਵ ਕੀਤਾ ਗਿਆ, ਔਰ ਇਹਦੇ ਨਾਲ ਨੇਮ ਪਲੇਟ ਵੀ ਲੱਗੀ ਹੋਈ ਹੈ ਕਿ ਇਹਨੂੰ ਇਹ ਤਾਰੀਖੀ ਬੋਰਡ ਨੂੰ ਪ੍ਰਜ਼ਰਵ ਕੀਤਾ ਗਿਆ, ਔਰ ਪੁਰਾਣੀਆਂ ਯਾਦਾਂ ਰੱਖਣ ਵਾਸਤੇ ਇਹ ਦੇਖੋ ਤੁਸੀਂ ਥੈਲਾ ਅੱਜ ਵੀ ਬਣਾਇਆ ਗਿਆ ਜਿਹਦੇ 'ਤੇ ਲੋਕ ਆ ਕੇ ਗਰਮੀਆਂ ਦੇ ਵਿੱਚ ਬੈਠਦੇ ਨੇ ਔਰ ਇੱਥੇ ਆਰਾਮ ਕਰਦੇ ਨੇ, ਜੋ ਕਿ ਇਹਦਾ ਪਰਪਸ ਸੀ। ਖਾਲਿਸਤਾਨ ਖਾਲਸਾ ਹੈਂਡਸ ਦੇ ਨਾਲ ਬਣੀਆਂ ਹੋਈਆਂ ਇਹ ਚੀਜ਼ਾਂ ਜਿਹੜੀਆਂ ਨੇ ਆਸਤਾ ਆਸਤਾ ਈਸਟ ਪੰਜਾਬ ਦੇ ਵਿੱਚ ਤਾਂ ਖਤਮ ਹੋ ਗਈਆਂ, ਲੇਕਿਨ ਅਸੀਂ ਨੌਰਥ ਵੈਸਟ ਪੰਜਾਬ ਦੇ ਵਿੱਚ ਅੱਜ ਵੀ ਇਹ ਸਾਰਾ ਕੁਛ ਸੰਭਾਲੀ ਬੈਠੇ ਹਾਂ। ਇਹ ਦੇਖੋ ਤੁਸੀਂ ਲਿਖਿਆ ਹੈ ਮਨਸੂਬਾ ਬਰਾਏ ਤਾਮੀਰ ਮੁਰੰਮਤ ਕਦੀਮੀ ਬੋਰਡ ਅਹਿਲਿਆਨਾ ਮੁੰਡੇ ਜ਼ੇਰੇ ਆਪਣੀ ਮਦਦ ਆਪ ਕੇ ਤਹਿਤ, ਯਾਨੀ ਕਿ 2010 ਦੇ ਵਿੱਚ ਜਿਹੜਾ ਲੋਕਲ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਜਿਹੜਾ ਇਸ ਬਾਬਾ ਬੋਰਡ ਨੂੰ ਬਚਾਉਣ ਵਾਸਤੇ ਇਹਦੀ ਬਾਉਂਡਰੀ ਕੀਤੀ ਹੈ ਔਰ ਇੱਥੇ ਬੈਠਣ ਵਾਸਤੇ ਬਾਕਾਇਦਾ ਤੌਰ 'ਤੇ ਜਗ੍ਹਾ ਬਣਾਈ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਕੁਛ ਕਲੋਸ ਨੇ ਓਲਡ ਹਾਊਸਿਸ ਦੇ ਜਿਹੜੇ ਕਿ ਪ੍ਰੀ ਪਾਰਟੀਸ਼ਨ ਨੇ, ਉਹ ਸਟਰਕਚਰ ਥੋੜ੍ਹਾ ਜਿੰਨਾ ਨਜ਼ਰ ਆ ਰਿਹਾ ਲੇਕਿਨ ਅਮੇਜ਼ਿੰਗ। ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਪੁਰਾਣੀਆਂ ਹੀ ਹੁੰਦੀਆਂ ਨੇ, ਕਹਿੰਦੇ ਨੇ ਕਿ ਓਲਡ ਇਜ਼ ਗੋਲਡ। ਉਹ ਗੱਲ ਆ ਕੇ ਹੁਣ ਪਿਛਲੀ ਉਮਰੇ ਇਨਸਾਨ ਨੂੰ ਸਮਝ ਆਉਂਦੀ ਹੈ ਜਦੋਂ ਕਿ ਉਹ ਉਮਰ ਦਾ ਇੱਕ ਹਿੱਸਾ ਆਪਣਾ ਗੁਜ਼ਾਰ ਚੁੱਕਿਆ ਹੁੰਦਾ, ਕਿ ਕਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਓਲਡ ਇਜ਼ ਗੋਲਡ। ਤੁਸੀਂ ਦੇਖੋ ਕਿ ਵਾਕਈ ਓਲਡ ਇਜ਼ ਗੋਲਡ ਹੈ, ਕਿ ਪੁਰਾਣੀ ਕੋਈ ਵੀ ਸ਼ੈ ਹੋਵੇ ਤਾਂ ਉਹ ਸੋਨੇ ਦੇ ਭਾਅ ਹੁੰਦੀ ਹੈ। ਮੈਂ ਅੱਜ ਦਿਖਾਉਣ ਵਾਸਤੇ ਨਿਕਲਿਆ ਸੀ ਤੁਹਾਨੂੰ ਸਰਦਾਰ ਮਨਬੀਰ ਸਿੰਘ ਔਰ ਸਰਦਾਰ ਚਰਨਜੀਤ ਸਿੰਘ ਔਰ ਉਹਨਾਂ ਦੇ ਜਿਹੜੇ ਫਾਦਰ ਨੇ ਸਵਰਗਵਾਸੀ ਸਰਦਾਰ ਈਸ਼ਰ ਸਿੰਘ ਜੀ, ਉਹਨਾਂ ਦਾ ਪਿੰਡ ਦਿਖਾਉਣ ਵਾਸਤੇ ਮੈਂ ਪਿੰਡ ਮੁੰਡੇ ਪਹੁੰਚਿਆ ਸੀ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਬਿਟਰ ਟਰੁੱਥ ਦੇ ਨਾਲ, ਕਿਸੇ ਹੋਰ ਪੁਰਾਣੇ ਫੁੱਟ ਸਟੈਪਸ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ, ਤਾਂ ਦੇਖਦੇ ਰਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ।